ਬੱਚਾ ਲਿਆਂਦਾ ਜਾਵੇ ਤੇ ਮੈਂ ਵੀ ਆਪਣੇ ਬੱਚੇ ਦਾ ਵੇਖ ਲਾ ਮੂੰਹ। 14 ਸਾਲ ਹੋ ਕੇ ਮੈਂ ਆਪਣੇ ਪੁੱਤ ਨੂੰ ਕੱਢੇ, ਬੜਾ ਔਖਾ ਪੁੱਤ ਪਾਲ ਕੇ ਕੱਲਿਆ ਸੀ, ਪੋਰੀ ਪੋਰੀ ਕਰਦਾ ਆਪਣੇ ਸਿਰ ਤੇ ਪੁੱਤ ਪਾਲ ਕੇ ਮੈਂ ਕੱਲਿਆ ਸੀ। ਮੈਨੂੰ ਨਹੀਂ ਪਤਾ ਮੇਰੇ ਪੁੱਤ ਨੇ ਤਾਂ ਆਪਣਾ ਉਸੇ 37 ਸਾਲ ਦੀ ਭਾਈ ਭਾਈ ਜੋੜੀ ਪੁੱਤ ਤਲਾਤੀ ਸਾਰੀ ਲਾਤੀ ਉਹਦੇ ਤੇ। ਕਿੰਨੇ ਪੈਸੇ ਲਾ ਕੇ ਭੇਜਿਆ? 16 ਲੱਖ 2009 ਦਾ ਭੇਜਿਆ। ਉਸ ਤੋਂ ਬਾਅਦ ਵਾਪਸ ਆਇਆ ਕਦੇ? ਨਾ, ਕਦੇ ਵਾਪਸ ਨਹੀਂ ਆਇਆ। ਵੀ ਸਾਡੀ ਮਿੱਤਰ ਕਦੇ ਜਿਹੜੀ ਇੰਡੀਆ ਲਿਆਂਦੀ ਜਾਵੇ, ਇੰਡੀਆ ਲਿਆਂਦੀ ਜਾਵੇ ਅਤੇ ਸਾਡੀ ਫੁੱਲ ਮਦਦ ਕਰੇ। ਅਸੀਂ ਪੈਸਾ ਲਾਉਣ ਜੋਗੇ ਨਹੀਂ, ਹੁਣ ਪੈਰ ਹੁਣ ਜੋਗੇ ਨਹੀਂ। ਵੇਖ ਲਓ ਸਾਡੇ ਮਕਾਨ ਢੱਠੇ, ਜਿੰਨੀ ਪਾਈਆ ਪਾਈਆ ਲਿਆਂਦੀ ਸਾਰੀ ਉੱਧਰ ਲਾਤੀ, ਹੁਣ ਸਾਡਾ ਹਾਲ ਮਾੜਾ। ਪੰਜਾਬ ਦੇ ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਨਜ਼ਰ ਆ ਰਹੇ ਨੇ, ਪਰ ਵਿਦੇਸ਼ਾਂ ਵਿੱਚ ਪਹੁੰਚ ਕੇ ਉਹਨਾਂ ਨੌਜਵਾਨਾਂ ਨਾਲ ਐਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਉਹਨਾਂ ਨੂੰ ਮੌਤ ਆਪਣੇ ਅਗੋਸ਼ 'ਚ ਲੈ ਲੈਂਦੀ ਹੈ ਅਤੇ ਪਿੱਛੇ ਪਰਿਵਾਰ ਦਾ ਲੱਕ ਹੀ ਤੋੜ ਦਿੰਦੀ ਹੈ। ਐਸੀ ਹੀ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਟਾਲਾ ਦੇ ਪਿੰਡ ਤਲਵੰਡੀ ਭਰਥ ਦੀ। ਪਹਿਲਾਂ ਤਾਂ ਤੁਹਾਨੂੰ ਮੈਂ ਘਰ ਦੀਆਂ ਤਸਵੀਰਾਂ ਦਿਖਾ ਦਿਆਂ, ਤੁਸੀਂ ਦੇਖ ਸਕਦੇ ਹੋ ਕਿ ਇਹ ਘਰ ਉਸ ਨੌਜਵਾਨ ਦਾ ਹੈ ਜਿਸ ਦਾ ਨਾਮ ਤਲਵਿੰਦਰ ਸਿੰਘ ਹੈ। 2009 ਦੇ ਵਿੱਚ ਪਿਤਾ ਦੇ ਵੱਲੋਂ ਪਾਈ ਪਾਈ ਜੋੜ ਕੇ, ਕਿਉਂਕਿ ਪਿਤਾ ਬਿਜਲੀ ਬੋਰਡ 'ਚ ਨੌਕਰੀ ਕਰਦੇ ਸੀ, ਰਿਟਾਇਰਮੈਂਟ ਹੋਈ, ਜਿਹੜੀ ਪਾਈ ਪਾਈ ਜੋੜੀ ਹੋਈ ਸੀ ਉਹਦੇ ਵਿੱਚੋਂ 16 ਲੱਖ ਰੁਪਈਆ ਖਰਚ ਕੇ ਆਪਣੇ ਪੁੱਤਰ ਤਲਵਿੰਦਰ ਸਿੰਘ ਨੂੰ 2009 'ਚ ਇੰਗਲੈਂਡ ਭੇਜਦੇ ਹਨ। 2009 ਦਾ ਇੰਗਲੈਂਡ ਗਿਆ ਤਲਵਿੰਦਰ ਸਿੰਘ, ਉਸ ਤੋਂ ਬਾਅਦ ਕਦੇ ਵੀ ਵਾਪਸ ਆਪਣੇ ਘਰ ਦੇ ਕੋਲ ਜਾਂ ਆਪਣੇ ਪਰਿਵਾਰ ਦੇ ਕੋਲ ਨਹੀਂ ਪਹੁੰਚਿਆ। ਪਰ ਹੁਣ ਇੱਕ ਬੇਹੱਦ ਹੀ ਮੰਦਭਾਗੀ ਖਬਰ ਉੱਥੋਂ ਆਈ ਹੈ ਕਿ ਤਲਵਿੰਦਰ ਸਿੰਘ ਜੋ ਕਿ ਇੰਗਲੈਂਡ ਦੇ ਵਿੱਚ ਸੀ, ਉੱਥੇ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਹੋ ਜਾਂਦੀ ਹੈ। ਜਿਉਂਦਾ ਜਾਗਦਾ ਮਾਂ ਨੇ ਆਪਣਾ ਪੁੱਤਰ ਆਪਣੇ ਹੱਥੀਂ ਪਾਲ ਪੋਸ਼ ਕੇ ਜਵਾਨ ਕਰਕੇ ਇੰਗਲੈਂਡ ਭੇਜਿਆ ਸੀ ਚੰਗੇ ਭਵਿੱਖ ਦੀ ਖਾਤਰ ਕਿ ਉੱਥੇ ਜਾ ਕੇ ਪੁੱਤਰ ਦਾ ਭਵਿੱਖ ਸਵਰ ਜਾਵੇਗਾ। ਪਰ ਮੌਤ ਨੇ ਉੱਥੇ ਆਪਣੀ ਅਗੋਸ਼ 'ਚ ਲੈ ਲਿਆ ਅਤੇ ਉਸ ਬੁੱਢੇ ਪਿਓ ਦਾ ਲੱਕ ਤੋੜ ਕੇ ਰੱਖ ਦਿੱਤਾ। ਤਲਵਿੰਦਰ ਦੀ ਇੰਗਲੈਂਡ 'ਚ ਮੌਤ ਹੋ ਜਾਂਦੀ ਹੈ, ਖਬਰ ਪਰਿਵਾਰ ਕੋਲ ਪਹੁੰਚਦੀ ਹੈ, ਮ੍ਰਿਤਕ ਦੇ ਹਾਲੇ ਤੱਕ ਪਰਿਵਾਰ ਕੋਲ ਪਹੁੰਚੀ ਨਹੀਂ ਹੈ। ਪਰਿਵਾਰ ਹੁਣ ਅਪੀਲ ਕਰ ਰਿਹਾ ਹੈ ਕਿ ਤਲਵਿੰਦਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ। ਤੁਸੀਂ ਦੇਖ ਸਕਦੇ ਹੋ ਕਿ ਉਸ ਮਾਂ ਦੇ ਅੱਖਾਂ ਦੇ ਅੱਥਰੂ ਨਹੀਂ ਰੁਕ ਪਾ ਰਹੇ ਜਿਹਨੇ ਆਪਣੇ ਪੁੱਤਰ ਨੂੰ ਪਾਲ ਪੋਸ ਕੇ ਜਵਾਨ ਕੀਤਾ, ਆਪਣੇ ਇਸ ਕਲੇਜੇ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਉਸਦੇ ਚੰਗੇ ਭਵਿੱਖ ਖਾਤਰ ਇੰਗਲੈਂਡ ਭੇਜਿਆ। ਪਰ ਹੁਣ ਜੋ ਉੱਥੋਂ ਖਬਰ ਸਾਹਮਣੇ ਆਈ ਹੈ ਕਿ ਤਲਵਿੰਦਰ ਸਿੰਘ ਦੀ ਉੱਥੇ ਮੌਤ ਹੋ ਚੁੱਕੀ ਹੈ, ਪਰਿਵਾਰ ਪਿੱਛੇ ਬੇਹੱਦ ਹੀ ਗਮ ਦੇ ਮਾਹੌਲ 'ਚ ਹੈ। ਪਿਤਾ ਜਿਸਨੇ ਨੌਕਰੀ ਕੀਤੀ ਪਾਈ ਪਾਈ ਜੋੜੀ, ਉਸ ਪਾਈ ਪਾਈ ਜੋੜੀ ਦੇ ਵਿੱਚੋਂ 16 ਲੱਖ ਰੁਪਈਆ ਖਰਚ ਕਰਕੇ ਪੁੱਤਰ ਨੂੰ ਇੰਗਲੈਂਡ ਭੇਜਿਆ, ਤਾਂ ਉੱਥੇ ਇਹ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਤਲਵਿੰਦਰ ਦੀ ਉੱਥੇ ਮੌਤ ਹੋ ਚੁੱਕੀ ਹੈ। ਗੱਲਬਾਤ ਕਰ ਲੈਂਦੇ ਹਾਂ, ਸਾਡੇ ਨਾਲ ਤਲਵਿੰਦਰ ਦੇ ਪਿਤਾ ਇੱਥੇ ਮੌਜੂਦ ਨੇ। ਭਾਅ ਜੀ ਆਪਣਾ ਨਾਮ ਦੱਸੋ।
ਸਾਡਾ ਨਾਮ ਸੁਖਦੇਵ ਸਿੰਘ, ਸਨਵਸਵਰ ਸਿੰਘ, ਪਿੰਡ ਤਲਵੰਡੀ ਭਾਰਤ, ਜ਼ਿਲ੍ਹਾ ਗੁਰਦਾਸਪੁਰ। ਭਾਜੀ ਕਿੰਨੀ ਚਿਰ ਨੌਕਰੀ ਕੀਤੀ ਪਹਿਲਾਂ ਤੁਸੀਂ? ਨੌਕਰੀਆਂ 36 ਸਾਲ ਕੀਤੀ। ਉਸੇ 36 ਸਾਲ ਦੀ ਭਾਈ ਭਾਈ ਜੋੜੀ ਪੁੱਤ ਲਾਤੀ, ਸਾਰੀ ਲਾਤੀ ਉਹਦੇ 'ਤੇ। ਕਿੰਨੇ ਪੈਸੇ ਲਾ ਕੇ ਭੇਜਿਆ? 16 ਲੱਖ। 2009 ਦਾ ਭੇਜਿਆ, ਉਸ ਤੋਂ ਬਾਅਦ ਵਾਪਸ ਆਇਆ ਕਦੇ? ਨਾ, ਕਦੇ ਵਾਪਸ ਨਹੀਂ ਆਇਆ। ਕੀ ਸੋਚ ਕੇ ਉਦੋਂ 2009 'ਚ ਆਪਣੀ ਭਾਈ ਭਾਈ ਉੱਥੇ ਲਾ ਕੇ ਬਾਹਰ ਭੇਜਿਆ ਸੀ? ਚੰਗੇ ਭਵਿੱਖ ਵਾਸਤੇ, ਵੀ ਇੱਥੇ ਕੋਈ ਰੁਜ਼ਗਾਰ ਨਹੀਂ ਸੀ, ਇਸ ਕਰਕੇ ਫਿਰ ਉਹਨੂੰ ਬਾਹਰ ਭੇਜਣਾ ਪਿਆ। ਅਤੇ ਬਾਹਰੋਂ ਫਿਰ ਹੁਣ ਸਾਨੂੰ ਆ 23 ਤਰੀਕ ਨੂੰ ਸ਼ਨਿਚਰਵਾਰ 2:30 ਵਜੇ ਫੋਨ ਆਇਆ ਵੀ ਉਹਦਾ ਅਟੈਕ ਹੋ ਚੁੱਕਾ ਹੈ ਅਤੇ ਬਹੁਤ ਜ਼ਿਆਦਾ ਸੀਰੀਅਸ ਆ। ਅਤੇ ਫਿਰ ਅਸੀਂ ਕੀ ਕਰਨਾ ਸੀ, ਫਿਰ ਅਸੀਂ ਵੇਹਦੇ ਰਹੇ ਵੀ ਹੁਣ ਡੈ ਪਏ। ਅਸੀਂ ਫੋਨ ਦੁਆ ਵਾਪਸ ਕੀਤੇ ਉੱਧਰ ਨੂੰ, ਫਿਰ ਉੱਧਰੋਂ ਸਾਨੂੰ ਖਬਰ ਆਈ, ਫਿਰ ਸਾਨੂੰ ਉਹਨਾਂ ਨੇ ਫੋਟੋ ਭੇਜੀ, ਗੁਰੂ ਕੋਸ਼ ਲਾਇਆ ਸੀ ਅਤੇ ਡਿੱਗ ਪਿਆ ਵਾ, 2.5 ਫੁੱਟ ਹੋਏ ਆ। ਦੱਸਿਆ ਕੁਛ ਕਿ ਮਤਲਬ ਕੀ ਉਸ ਵੇਲੇ ਉਹਦੇ ਨਾਲ ਘਟਨਾ ਵਾਪਰੀ ਹੋ ਗਈ? ਅਟੈਕ ਇੱਕਦਮ ਕਿਵੇਂ ਮਤਲਬ ਹੋ ਗਿਆ, ਕਿਉਂਕਿ ਹਾਲੇ ਤਾਂ ਜ਼ਿਆਦਾ ਉਮਰ ਵੀ ਨਹੀਂ ਹੈਗੀ ਉਹਨਾਂ? ਹਾਂ, ਅਟੈਕ ਬਾਰੇ ਨਹੀਂ ਦੱਸਿਆ ਕਿਸੇ ਨੇ ਕੁਛ ਨਾ। ਖਬਰ ਕਿੰਨੇ ਤੁਹਾਨੂੰ ਦਿੱਤੀ ਉੱਥੇ? ਖਬਰ ਉਹਦਾ ਇੱਕ ਸਾਂਢੂ ਸੀ ਉੱਥੇ, ਉੱਥੇ ਵੀ ਰਹਿੰਦਾ ਸੀ ਇੱਕ, ਅਤੇ ਇੱਕ ਬੰਗੇ ਸੀ, ਅਤੇ ਉਹ ਬੰਗੇ ਵਾਲੇ ਨੇ ਸਾਨੂੰ ਫੋਨ ਲਾਇਆ 2:30 ਵਜੇ ਮਨੇਰੇ, ਅਤੇ ਉਹ ਮੈਂ ਚੁੱਕਿਆ ਅਤੇ ਫਿਰ ਉਹਨੇ ਗੱਲ ਕੀਤੀ ਵੀ ਆਹ ਕੰਮ ਹੋ ਗਿਆ। ਲੱਕ ਟੁੱਟ ਜਾਂਦਾ ਜਦੋਂ ਇੱਦਾਂ ਦੀ ਖਬਰ ਆਵੇ, ਕਿਉਂਕਿ ਜਿਸ ਹਿਸਾਬ ਨਾਲ ਤੁਹਾਡੀ ਉਮਰ ਆ, ਤੁਸੀਂ ਤਾਂ ਕਈ ਸੁਪਨੇ ਸੰਜੋਏ ਹੋਣਗੇ ਕਿ ਪੁੱਤਰ ਬਾਹਰ ਭੇਜਿਆ ਸਾਡਾ, ਆਇਆ ਸਵਾਰੂ ਜਾਂ ਆਇਆ ਕੁਛ ਕਰੂ, ਕਿਉਂਕਿ ਘਰ ਦੇ ਹਾਲਾਤ ਵੀ ਐਡੇ ਕੋਈ ਵਧੀਆ ਨਹੀਂ, ਬਹੁਤ ਮਾੜੇ ਹਾਲਾਤ ਆ ਮੇਰੇ, ਅਤੇ ਕਿਸੇ ਨੇ ਅਜੇ ਤੱਕ ਕੋਈ ਸਾਰ ਨਹੀਂ ਲਈ, ਅਤੇ ਮੇਰੀ ਹੁਣ ਮਿੱਤਰ ਕਦੇ ਜਿਹੜੀ ਉਹ ਤਾਂ ਭਾਰਤ ਲਿਆਂਦੀ ਜਾਏ, ਉਹਦਾ ਮੂੰਹ ਤਾਂ ਵੇਖ ਸਕੀਏ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬੁੱਢੀਆਂ ਹੱਡੀਆਂ ਦੇ ਵਿੱਚ ਹੁਣ ਉਹ ਤਾਕਤ ਨਹੀਂ ਦਈ ਕਿ ਆਪਣੇ ਇਸ ਪੁੱਤ ਦਾ ਗਮ ਜਿਹੜਾ ਹੈ ਉਹ ਆਪਣੇ ਮੋਢਿਆਂ 'ਤੇ ਚੁੱਕ ਸਕੇ। ਅੱਥਰੂ ਅੱਖਾਂ 'ਚੋਂ ਵਗ ਰਹੇ ਨੇ ਅਤੇ ਗੁਹਾਰ ਇਹੀ ਲਗਾ ਰਹੇ ਨੇ ਕਿ ਪੁੱਤਰ 2009 'ਚ ਜਿੰਦਾ ਜਾਗਦਾ ਜਵਾਨ ਪੁੱਤਰ ਬਾਹਰ ਭੇਜਿਆ ਸੀ, ਪਰ ਹੁਣ ਉੱਥੇ ਮੌਤ ਹੋ ਗਈ ਹੈ, ਪਰਮਾਤਮਾ ਦਾ ਭਾਣਾ ਹੈ, ਵਰਤ ਚੁੱਕਾ ਹੈ, ਪਰ ਹੁਣ ਇਹਨਾਂ ਅੱਖਾਂ ਦੇ ਵਿੱਚੋਂ ਜਿਹੜੇ ਅੱਥਰੂ ਡਿੱਗ ਰਹੇ ਨੇ ਉਹ ਇਹੀ ਗੁਹਾਰ ਲਗਾ ਰਹੇ ਨੇ ਕਿ ਉਸ ਜਵਾਨ ਪੁੱਤਰ ਦੀ ਮ੍ਰਿਤਕ ਦੇਹ ਇਹਨਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਆਪਣੇ ਰੀਤੀ ਰਿਵਾਜ਼ਾਂ ਅਨੁਸਾਰ ਕਰ ਸਕਣ। ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਜੇ ਦੇਖਿਆ ਜਾਵੇ ਤਾਂ ਇਸ ਤਰੀਕੇ ਜਦੋਂ ਅਪੀਲ ਕੀਤੀ ਜਾਂਦੀ ਹੈ, ਸਰਕਾਰਾਂ ਅੱਗੇ ਆ ਕੇ ਕਦਮ ਚੁੱਕਦੀਆਂ ਨੇ, ਬੱਚਿਆਂ ਦੀਆਂ ਦੇਵਾਂ ਭਾਰਤ ਵੀ ਲਿਆਉਂਦੀਆਂ ਨੇ, ਕਈ ਸਮਾਜ ਸੇਵੀ ਸੰਸਥਾਵਾਂ ਵੀ ਹੈਗੀਆਂ ਜਿਹੜੀਆਂ ਮਦਦ ਕਰਦੀਆਂ ਨੇ, ਤੁਸੀਂ ਕੀ ਅਪੀਲ ਕਰਨਾ? ਅਸੀਂ ਤਾਂ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਸਾਡੀ ਮਿੱਤਰ ਕਦੇ ਜਿਹੜੀ ਇੰਡੀਆ ਲਿਆਉਂਦੀ ਜਾਵੇ, ਇੰਡੀਆ ਲਿਆਉਂਦੀ ਜਾਵੇ ਅਤੇ ਸਾਡੀ ਫੁੱਲ ਮਦਦ ਕਰੇ। ਅਸੀਂ ਪੈਸਾ ਲਾਉਣ ਜੋਗੇ ਨਹੀਂ, ਹੁਣ ਅਸੀਂ ਪੈਸਾ ਲਾਉਣ ਜੋਗੇ ਨਹੀਂ, ਵੇਖ ਲਓ ਸਾਡੇ ਮਕਾਨ ਢੱਠੇ, ਜਿੰਨੀ ਪਾਈਆ ਪਾਈਆ ਲਿਆਂਦੀ ਸਾਰੀ ਉੱਧਰ ਲਾਤੀ, ਹੁਣ ਸਾਡਾ ਹਾਲ ਮਾੜਾ। ਬੱਚੇ ਤੁਹਾਡੇ ਕਿੰਨੇ ਨੇ? ਬੱਚੇ 2 ਨੇ। ਇਹ ਵੱਡਾ ਸੀ ਕਿ ਛੋਟਾ? ਇਹ ਛੋਟਾ ਸੀ ਅਤੇ ਵੱਡਾ ਤਾਂ ਇੱਥੇ ਹੀ ਆ। ਕਦੀ ਜਦੋਂ ਉੱਥੇ ਗਿਆ ਸੀ ਕਦੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਤੁਹਾਡੀ ਫੋਨ 'ਤੇ? ਕੀ ਗੱਲਾਂ ਬਾਤਾਂ ਕਰਦਾ ਸੀ ਜਾਂ ਕਿਵੇਂ ਕਹਿੰਦਾ ਸੀ ਤੁਹਾਨੂੰ, ਕਿੱਦਾਂ ਮਤਲਬ ਪਰਿਵਾਰ ਬਾਰੇ ਕਿਵੇਂ ਸੋਚਦਾ? ਨਹੀਂ, ਪਰਿਵਾਰ ਬਾਰੇ ਠੀਕ ਸੋਚਦਾ ਸੀ, ਬੜੀਆਂ ਸੋਹਣੀਆਂ ਗੱਲਾਂ ਕਰਦਾ ਸੀ, ਰੋਜ਼ ਇੱਕ ਵਾਰ ਫੋਨ 'ਤੇ ਕਰਨਾ ਹੀ ਕਰਨਾ ਘਰ ਨੂੰ, ਭਾਵੇਂ ਜੋ ਮਰਜ਼ੀ ਹੋ ਜਾਵੇ, ਭਾਵੇਂ ਜਦੋਂ ਸਵੇਰੇ ਕੰਮ 'ਤੇ ਜਾਂਦਾ ਸੀ ਤੁਰਿਆ ਤੁਰਿਆ ਜਾਂਦਾ, ਭਾਵੇਂ 2 ਗੱਲਾਂ ਹੀ ਕਰੇ, ਉਹ ਰੋਜ਼ ਕਰਦਾ ਸੀ, ਤਾਂ ਕੋਈ ਏਡੀ ਖਾਸ ਗੱਲ ਨਹੀਂ। ਪਹਿਲਾਂ ਤਾਂ ਠੀਕ ਠਾਕ ਰਿਹਾ, ਹੁਣ ਹੀ ਆਪ ਪਤਾ ਨਹੀਂ ਕਿੱਥੋਂ ਆਣ ਕੇ ਅਟੈਕ ਵੱਜ ਗਿਆ, ਅਤੇ ਹੁਣ ਫਿਰ ਉਹ ਗੱਲਾਂ ਨਹੀਂ ਹੋ ਪਾਉਣਗੀਆਂ? ਨਹੀਂ, ਹੁਣ ਨਹੀਂ, ਹੁਣ ਤਾਂ ਖਤਮ ਹੋ ਗਈ ਗੱਲ, ਅਤੇ ਹੁਣ ਕਿੱਥੋਂ ਪਾਉਣੀਆਂ ਇਹੋ ਜਿਹੀਆਂ ਗੱਲਾਂ। ਹਾਂ, ਹੁਣ ਤਾਂ ਮਾਂ ਵੀ ਰੋ ਰੋ ਕੇ ਹਾਲ ਮਾੜਾ, ਸਾਡਾ ਵੀ ਮਾੜਾ।
ਸੋਚਿਆ ਸੀ ਜਦੋਂ ਭੇਜਿਆ ਸੀ ਉਹਨੂੰ ਇੱਥੋਂ ਵੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਣਗੇ ਜਾਂ ਕੁਛ ਭਾਣਾ ਵਾ? ਇਹ ਬਾਰੇ ਨਹੀਂ ਸੋਚਿਆ, ਇਹ ਬਾਰੇ ਸੋਚਿਆ। ਉਦੋਂ ਤਾਂ ਠੀਕ ਠਾਕ ਗਿਆ, ਉੱਥੇ ਬਹੁਤ ਵਧੀਆ ਕੰਮ ਬਹੁਤ ਸੋਹਣਾ ਕਰਦਾ ਰਿਹਾ ਅਤੇ ਕਮਾਈ ਕਰਦਾ ਰਿਹਾ ਅਤੇ ਪੇਪਰ ਵੀ ਲਾਏ ਸੀ ਅਤੇ ਕਮਾਈ ਕਰਕੇ ਵਕੀਲਾਂ ਨੂੰ ਪੈਸੇ ਢੇਰ ਦਿੰਦਾ ਰਿਹਾ ਕਿ ਮੈਂ ਪੱਕਾ ਹੋ ਜਾਵਾਂ। ਪਰ ਹੁਣ ਅਖੀਰ ਹੋ ਗਈ, ਦਿਨ 2-4 ਮਹੀਨੇ ਰਹਿ ਗਏ ਸੀ ਅਤੇ ਉਹਨੂੰ ਮਿਲ ਜਾਣਾ ਸੀ ਸਭ ਕੁਛ, ਪੇਪਰ ਹੀ ਮਿਲ ਜਾਣੇ ਅਤੇ ਪਾਸਪੋਰਟ ਹੀ ਮਿਲ ਜਾਣਾ ਸੀ, ਪੱਕਾ ਹੋ ਜਾਣਾ ਸੀ। ਬਸ ਆਹ 2-4 ਮਹੀਨਿਆਂ ਦੀ ਗੱਲ ਸੀ ਬਸ ਸਾਰੀ। ਹੁਣ ਜੀ ਬਿਲਕੁਲ, ਤਲਵਿੰਦਰ ਦੇ ਪਿਤਾ ਜਿਹੜੇ ਕਿ ਬਿਜਲੀ ਬੋਰਡ ਮਹਿਕਮੇ 'ਚੋਂ ਰਿਟਾਇਰਡ ਹੋਏ ਨੇ ਅਤੇ ਰਿਟਾਇਰਮੈਂਟ ਵੇਲੇ ਜਿਹੜੇ ਉਹਨਾਂ ਨੂੰ ਕੋਈ ਵੀ ਪੈਸੇ ਮਿਲੇ, ਉਹ ਪਾਈ ਪੈਸੇ ਆਪਣੇ ਪੁੱਤਰ ਦੇ ਭਵਿੱਖ ਵਾਸਤੇ ਉਹਦੇ ਉੱਤੇ ਲਗਾ ਦਿੱਤੇ ਅਤੇ 2009 'ਚ ਉਸ ਨੂੰ ਇੰਗਲੈਂਡ ਭੇਜਿਆ ਤਾਂ ਕਿ ਆਪਣਾ ਭਵਿੱਖ ਸਵਾਰ ਸਕੇ, ਆਪਣੇ ਪਰਿਵਾਰ ਦਾ ਭਵਿੱਖ ਸਵਾਰ ਸਕੇ। ਪਰ ਹੁਣ ਕਹਿ ਰਹੇ ਨੇ ਕਿ ਇਸ ਘਟਨਾ ਨੇ ਉਹਨਾਂ ਦਾ ਲੱਕ ਹੀ ਤੋੜ ਦਿੱਤਾ ਹੈ, ਜਿਹੜੇ ਸੁਪਨੇ ਦੇਖੇ ਸੀ ਉਹ ਚੂਰ ਚੂਰ ਕਰ ਦਿੱਤੇ ਨੇ। ਮਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਅੱਥਰੂ ਜਿਹੜੇ ਨੇ ਉਹ ਸੁੱਕਣ ਦਾ ਨਾਮ ਨਹੀਂ ਲੈ ਰਹੇ, ਤਾਂ ਕਿਤੇ ਨਾ ਕਿਤੇ ਬਹੁਤ ਹੀ ਮੰਦਭਾਗੀ ਹੈ ਜਿਹੜੀ ਘਟਨਾ ਹੈ ਉਹ ਸਾਹਮਣੇ ਆਈ ਹੈ। ਪੰਜਾਬ ਦਾ ਇੱਕ ਨੌਜਵਾਨ ਤਲਵਿੰਦਰ ਸਿੰਘ ਜਿਹੜਾ ਚੰਗੇ ਭਵਿੱਖ ਖਾਤਰ ਇੰਗਲੈਂਡ ਗਿਆ ਸੀ, ਅੱਜ ਉਹ ਉੱਥੇ ਮੌਤ ਦੀ ਅਗੋਸ਼ਟ ਜਾ ਚੁੱਕਾ ਹੈ। ਭੈਣ ਜੀ ਬਹੁਤ ਮੰਦਭਾਗੀ ਘਟਨਾ ਵਾ, ਮਾਂ ਨੇ ਜਦੋਂ ਪਾਲਿਆ ਹੁੰਦਾ ਪਾਲ ਕੇ ਭੇਜਣਾ, ਕੀ ਕਹਿਣਾ ਚਾਹੁੰਦੇ ਹੋ? ਮੈਂ ਸਰਕਾਰ ਕੋਲ ਮੰਗ ਕਰਦੀ ਮੇਰੇ ਪੁੱਤ ਨੂੰ ਵਾਪਸ ਤੇ ਲਿਆਂਦਾ ਜਾਵੇ। ਮੈਂ ਉਹ ਅਪੀਲ ਕਰਦੀ ਹਾਂ ਮੇਰੀ, ਮੇਰੇ ਬੱਚਾ ਲਿਆਂਦਾ ਜਾਵੇ ਅਤੇ ਮੈਂ ਵੀ ਆਪਣੇ ਬੱਚੇ ਦਾ ਵੇਖ ਲਾਂ ਮੂੰਹ ਕਿਤੇ। 14 ਸਾਲ ਹੋ ਗਏ ਮੈਂ ਆਪਣੇ ਪੁੱਤ ਨੂੰ ਕੱਲੇ ਨੂੰ, ਬੜਾ ਔਖਾ ਪੁੱਤ ਪਾਲ ਕੇ ਕੱਲਿਆ ਸੀ, ਪੋਰੀ ਪੋਰੀ ਕਰਦਾ ਆਪਣੇ ਸਿਰ 'ਤੇ ਪੁੱਤ ਪਾਲ ਕੇ ਮੈਂ ਕੱਲਿਆ ਸੀ। ਮੈਂ ਸਰਕਾਰ ਕਿਉਂ ਮੰਗ ਕਰਦੀ ਮੇਰਾ ਪੁੱਤ ਨੂੰ ਇੱਕ ਰਾਂ ਲਿਆਂਦਾ ਜਾਵੇ। ਮਾਲੀ ਤੇ ਉਦੋਂ ਹੀ ਬੜਾ ਔਖਾ ਹੋ ਜਾਂਦਾ ਜਦੋਂ ਬਾਹਰ ਆਪਣੇ ਤੋਂ ਬਾਹਰ ਭੇਜਣਾ ਦੂਰ। ਮੈਨੂੰ ਨਹੀਂ ਸੀ ਪਤਾ ਮੇਰੇ ਪੁੱਤ ਨੇ ਇੱਦਾਂ ਹੋਣਾ, ਗੱਲਾਂ ਕਰਦਾ ਕਰਦਾ ਹੀ ਮੇਰਾ ਪੁੱਤ ਡਿੱਗ ਪਿਆ। ਮੈਨੂੰ ਨਹੀਂ ਪਤਾ ਚੰਗਾ ਭਲਾ ਮੇਰਾ ਪੁੱਤ ਜੀ, ਜਦੋਂ ਬਿਮਾਰੀ ਉਦੋਂ ਉਹਨੂੰ ਕੁਛ ਨਹੀਂ ਹੋਇਆ, ਹੁਣ ਤਾਂ ਕੋਈ ਗੱਲ ਹੀ ਵੀ ਨਹੀਂ ਹੈਗੀ, ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ। ਮੈਂ ਤਾਂ ਇਹੋ ਅਪੀਲ ਕਰੂੰਗੀ ਮੇਰਾ ਪੁੱਤ ਵਾਪਸ ਲਿਆ ਦਿਓ, ਪੁੱਤ ਦੀ ਲਿਆ ਦਿਓ, ਮੈਨੂੰ ਇੰਨਾ ਹੀ ਬੜਾ ਧੰਨਵਾਦ ਆ ਤੁਹਾਡਾ। ਬਿਲਕੁਲ, ਇਸ ਮਾਂ ਦੇ ਮੂੰਹ ਦੇ ਵਿੱਚੋਂ ਸਿਰਫ ਇਹੀ ਲਫ਼ਜ਼ ਨਿਕਲ ਰਹੇ ਨੇ ਕਿ ਉਸਦੇ ਪੁੱਤ ਦੀ ਮ੍ਰਿਤਕ ਦੇਹ ਉਹਨਾਂ ਤੱਕ ਪਹੁੰਚਾ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪੁੱਤ ਦੇ ਆਖਰੀ ਦਰਸ਼ਨ ਕਰ ਸਕਣ ਅਤੇ ਉਸਦਾ ਅੰਤਿਮ ਸੰਸਕਾਰ ਜਿਹੜਾ ਹੈ ਉਹ ਰੀਤੀ ਰਿਵਾਜ਼ਾਂ ਨਾਲ ਕਰ ਸਕਣ। ਤਾਂ ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਜਿਹੜੀ ਚੰਗੇ ਭਵਿੱਖ ਖਾਤਰ ਵਿਦੇਸ਼ਾਂ ਦਾ ਰੁੱਖ ਕਰ ਰਹੀ ਹੈ, ਉੱਥੇ ਕਈ ਵਾਰ ਐਸੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਪਿੱਛੇ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੰਦੀਆਂ। ਐਸਾ ਹੀ ਕੁਛ ਇਸ ਪਰਿਵਾਰ ਨਾਲ ਹੋਇਆ ਹੈ ਜਿਨ੍ਹਾਂ ਨੇ ਆਪਣਾ ਜਵਾਨ ਪੁੱਤਰ 2009 'ਚ ਇੰਗਲੈਂਡ ਭੇਜਿਆ ਸੀ ਚੰਗੇ ਭਵਿੱਖ ਖਾਤਰ, ਪਰ ਹੁਣ 14 ਸਾਲ ਬਾਅਦ ਜੋ ਕਿ ਵਾਪਸ ਵੀ ਨਹੀਂ ਆ ਸਕਿਆ, ਤਾਂ ਉਸਦੀ ਮੰਦਭਾਗੀ ਘਟਨਾ ਜੋ ਵਾਪਰੀ ਜਿਸ 'ਚ ਮੌਤ ਹੋ ਗਈ ਉਸਦੀ ਖਬਰ ਜ਼ਰੂਰ ਪਰਿਵਾਰ ਤੱਕ ਪਹੁੰਚੀ। ਪਰਿਵਾਰ ਹੁਣ ਇਹੀ ਗੁਹਾਰ ਲਗਾ ਰਿਹਾ ਕਿ ਉਹਨਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇ ਭਾਰਤ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਲਿਆਂਦੀ ਜਾਵੇ ਤਾਂ ਕਿ ਉਹ ਅੰਤਿਮ ਦਰਸ਼ਨ ਕਰਕੇ ਰੀਤੀ ਰਿਵਾਜ਼ਾਂ ਨਾਲ ਉਸਦਾ ਅੰਤਿਮ ਸੰਸਕਾਰ ਕਰ ਸਕਣ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।